रिकमेंडेड रिकॉर्ड बदल लगता था मक्खन प्रोफेसर। मैं पहला किसी भी इंटरव्यू की शुरुआत नहीं करी इस सवाल दी, मैं तुहाडे तो पूछ रहा मक्खन साहब की खासियत लगती है? चक्कर ये है वीरो मैच खड़ाउंदा है प्लेयर नु चमला के जिदा हिस्टरी बोल के आन प्लेयर दी ते बंदा एक्टोमैटिक उदा ही तगड़ा होके खेड़दा है। जब बंदे दा नौ तुसी हिस्टरी बोलनी इदा ਹੁਣ ਵਾਲੇ ਕਮੈਂਟਰਾਂ ਦਾ ਚੱਕਰ ਇਹ ਆ ਜਾਫੀ ਜੱਫਾ ਲਾਈ ਬੈਠਾ ਹੁੰਦਾ ਆ ਅਤੇ ਕਮੈਂਟਰ ਪ੍ਰਮੋਟਰਾਂ ਦਾ ਜਿੱਦਾਂ ਆਲੇ ਦੁਆਲੇ ਟੂਰਨਾਮੈਂਟਾਂ ਦੀਆਂ ਡੇਟਾਂ ਬੋਲਣ ਲੱਗਿਆ ਹੁੰਦਾ ਆ। ਉਹਨਾਂ 'ਚ ਇਹ ਚੀਜ਼ ਨਹੀਂ ਹੈਗੀ। ਹੁਣ ਉਹਦੇ ਵਿੱਚ ਇਹ ਆ ਵੀ ਉਹਨੇ ਜੇ ਕਬੱਡੀ ਉਹਨਾਂ ਨੇ ਕਬੱਡੀ ਰਿਲੇਟਡ ਇਹ ਗੱਲ ਕਰਨੀ ਆ ਬਸ। ਉਹਨੂੰ ਇਹ ਚੀਜ਼ਾਂ ਨਹੀਂ ਮਤਲਬ ਵੀ ਅੱਜ ਕੱਲ੍ਹ ਨੂੰ ਉੱਥੇ ਕਾਪਾਂ ਮੈਂ ਉਹਦੀਆਂ ਡੇਟਾਂ ਬੋਲਾਂ ਐਂ ਬੋਲਾਂ। ਅਤੇ ਹੁਣ ਮੈਂ ਪਰਸੋਂ 'ਚ ਉੱਥੇ ਵੀ ਇੱਥੇ ਮੈਚ ਦੇਖਣ ਗਿਆ ਸੀ ਟਾਲਾਂ, ਉੱਥੇ ਮੁੰਡੇ ਨੇ ਬਹੁਤ ਸੋਹਣਾ ਜੱਫਾ ਲਾਇਆ, ਉਹਦਾ ਵਿਚਾਰੇ ਦਾ ਕੋਈ ਨਾਂ ਨਹੀਂ, ਕਮੈਂਟਰ ਤਰੀਕਾ ਹੀ ਗਣਾਈ ਜਾਂਦਾ ਪਿਆ ਆ ਜੀ। ਉਹ ਚੀਜ਼ ਦਾ ਬਹੁਤ ਘੱਟ ਆ ਨਾ ਜੀ। ਜੇ ਆਪਾਂ ਕਬੱਡੀ ਆਪਣੀ ਜੋਬ ਆ ਤਾਂ ਕਬੱਡੀ ਦੀ ਗੱਲ ਕਬੱਡੀ ਜੇ ਉਹਦੇ ਥਰੂ ਆਉਣੀ ਚਾਹੀਦੀ ਆ, ਕਿਉਂਕਿ ਕੋਈ ਵੀ ਪਲੇਅਰ ਆ ਯਾਰ ਮਿਹਨਤ ਕਰਦਾ ਆ ਹੈ ਨਾ, ਹਰੇਕ ਆਪਣੇ ਨਾਂ ਲਈ ਸੰਘਰਸ਼ ਕਰਦਾ ਆ। ਅੱਜ ਕੱਲ੍ਹ ਕਬੱਡੀ ਦੇ ਵਿੱਚ ਐਕਸ਼ਨ ਬਹੁਤ ਜ਼ਿਆਦਾ ਆ ਗਏ, ਐਕਸ਼ਨ ਨਾਲ ਕਈ ਖਿਡਾਰੀ ਉੱਭਰ ਕੇ ਵੀ ਆਏ ਆ ਅਤੇ ਕਈ ਖਿਡਾਰੀਆਂ ਦੇ ਇਲਜ਼ਾਮ ਵੀ ਲੱਗਿਆ ਬੇਫਾਲਤੂ ਐਕਸ਼ਨ ਕਰ ਰਹੇ ਆ। ਇਸ ਵਿਸ਼ੇ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਆਪਣੇ ਨਜ਼ਰਾਂ ਦੇ ਵਿੱਚ? ਐਕਸ਼ਨ ਜ਼ਰੂਰੀ ਆ ਵੀਰੇ ਕਬੱਡੀ 'ਚ ਮੇਰੇ ਹਿਸਾਬ ਨਾਲ ਤਾਂ, ਵੀ ਆਪਾਂ ਜੇ ਰਿਟਾਇਰਮੈਂਟ ਕਰਨਾ ਹੈ ਇੰਨੇ ਬੰਦੇ ਬਾਹਰ ਬੈਠੇ ਆ ਹਜੇ ਬਾਏ ਹੁੰਦਾ ਆ ਪਲੇਅਰ ਹੈ ਨਾ, ਐਕਸ਼ਨ ਵੀ ਜ਼ਰੂਰੀ ਆ। ਬਟ ਉਹ ਵੀ ਗਲਤ ਆ ਨਾ ਜੇ ਆਪਾਂ ਰੇ ਕਬੱਡੀ ਉੱਦਾਂ ਹੀ ਐਕਸ਼ਨ ਕਰਦੇ ਫਿਰੀ ਜਾਂਦੇ ਹਾਂ, ਉਹ ਵੀ ਓਵਰ ਲੱਗਦਾ ਆ। ਐਕਸ਼ਨ ਕਰੋ ਜਦੋਂ ਤੁਹਾਡੇ ਦੇ ਮੂਹਰੇ ਕੋਈ ਤੁਸੀਂ ਪੁਆਇੰਟ ਲੈਂਦੇ ਹੋ ਪੂਰਾ ਸੰਘਰਸ਼ ਕਰਕੇ, ਫਿਰ ਸਹੀ ਆ ਵਧੀਆ ਫਾਈਟ ਦੇ ਵਿੱਚ ਐਕਸ਼ਨ ਕਰਨਾ ਆ ਨਾ, ਉਹ ਗੁੱਡ ਆ। ਤੁਸੀਂ ਕਿੰਨੇ ਕੁ ਐਕਸ਼ਨ ਕਰੇ ਆ? ਮੈਂ ਤਾਂ ਬਹੁਤ ਘੱਟ ਕੀਤੇ ਆ ਵੀਰੇ। ਨਾਮ ਜੱਟ ਸੀ, ਜੱਟਾਂ ਵਾਲੇ ਐਕਸ਼ਨ ਕਰੇ ਹੋਣ ਕਦੇ? ਜੱਟਾਂ ਵਾਲੇ ਆਪਾਂ ਠੀਕ ਹੈ ਉੱਦਾਂ, ਬਸ ਵੀ ਜਿਹਨੇ ਆਪਣੇ 'ਤੇ ਕੀਤਾ ਆਪਾਂ ਉਹ 'ਤੇ ਕੀਤਾ ਆ, ਫਾਲਤੂ ਆਪਾਂ ਕਦੇ ਉੱਦਾਂ ਹੀ ਨਹੀਂ ਐਕਸ਼ਨ ਮਾਰੇ। ਪਲੇਅਰਾਂ ਦੇ ਵਿੱਚੋਂ ਵੀਰੇ ਮੈਂ ਸੁੱਖੇ ਭੰਡਾਲ ਦਾ ਬਹੁਤ ਫੈਨ ਸੀ, ਮੈਂ ਕਦੇ ਸੋਚਿਆ ਨਹੀਂ ਸੀ ਕਦੇ ਵੀ ਸੁੱਖੇ ਨਾਲ ਮੈਂ ਜਿੱਦਾਂ ਖੇਡੂੰਗਾ ਇੱਦਾਂ। ਮੈਨੂੰ ਪਹਿਲੀ ਵਾਰ ਮੋਟਰਸਾਈਕਲ ਮਿਲਿਆ, ਮੈਂ ਬਾਈ ਨੂੰ ਉਦੋਂ ਵੀ ਕਹਿੰਦਾ ਸੀ, ਮੈਂ ਕਿਹਾ ਮੈਂ ਇੱਕ ਵਾਰ ਐਜਾ ਟਾਈਮ ਸੀ ਵੀ ਤੇਰਾ ਮੈਚ ਸਾਈਕਲ 'ਤੇ ਦੇਖਣ ਵੀ ਆਇਆ ਸੀ, ਇੱਕ ਵਾਰ ਉਹ ਮੇਰੇ ਪਿੱਛੇ ਵੀ ਬੈਠਿਆ ਬੁਲਟ ਦੇ। ਯਾਨੀ ਆਪਾਂ ਸੁੱਖੇ ਦੇ ਬਹੁਤ ਫੈਨ ਰਹੇ ਹਾਂ ਭੰਡਾਲ ਦੇ। ਕੀ ਖਾਸ਼ੀਅਤ ਲੱਗਦੀ ਸੀ ਸੁੱਖੇ ਬਾਈ ਦੇ ਵਿੱਚ, ਜਿਹੜੀ ਖੁੱਲ੍ਹ ਕੇ ਜੇ ਗੱਲਬਾਤ ਹੋ ਜਾਵੇ? ਬਾਈ ਦਾ ਜਿੱਦਾਂ ਖੇਡਣ ਦਾ ਸਟਾਈਲ, ਇੱਕ ਉੱਦਾਂ ਬਾਈ ਸੋਹਣਾ ਸੁਰੱਖਾ ਪੂਰਾ ਲੱਗਦਾ ਹੁੰਦਾ ਜੀ, ਇੱਕ ਭੱਜਣਾ ਭੁੱਜਣਾ ਬਾਈ ਦਾ ਵਧੀਆ ਜਾਫੀ, ਮੈਨੂੰ ਵਧੀਆ ਲੱਗਦਾ ਜੀ, ਲੁੱਕ ਲੁੱਕ ਖੇਡਦੇ ਜੀ ਜੀ, ਸੋਹਣਾ ਲੱਗਦਾ ਜੀ ਖੇਡਦਾ। ਅਤੇ ਰੇਡਰ ਕਿਹੜਾ ਵਧੀਆ ਲੱਗਦਾ? ਰੇਡਰ ਬਾਈ ਮੈਨੂੰ ਰਾਜੂ ਓਟਲਾ ਬੜੀ ਅਤੇ ਮਨਜੋਤ ਵੀ ਵਧੀਆ ਆ। ਘਰ ਤੁਰੇ ਹੁੰਦੇ ਆ ਯਾਰਾਂ ਦੋਸਤਾਂ ਲਈ ਤੁਰੇ ਹੁੰਦੇ ਆ, ਇਕੱਠੇ ਪੜ੍ਹੇ ਆ ਇਹਨਾਂ ਨਾਲ? ਨਹੀਂ ਪੜ੍ਹੇ ਗੱਲ ਵੱਖਰੀ, ਇੱਕ ਪਲੇਅਰ ਦੇ ਤੌਰ 'ਤੇ ਵੀ ਇੱਕ ਇਨਸਾਨੀਅਤ ਤੌਰ 'ਤੇ ਵੀ ਹੈ ਨਾ ਗੱਲ ਜੀ, ਕਿਉਂਕਿ ਹੁਣ ਆਪਣੇ ਨਾਲ ਬੰਦੇ ਮਾੜੇ ਟਾਈਮ 'ਚ ਵੀ ਬਹੁਤ ਖੜ੍ਹੇ ਆ। ਮਨਜੋਤ ਹੋ ਗਿਆ, ਉੱਦਾਂ ਵੀ ਮਨਜੋਤ ਜਿੱਦਾਂ ਹੁਣ ਹਰੇਕ ਪਲੇਅਰ ਦੀ ਜਿੱਦਾਂ ਹੈਲਪ ਵਗੈਰਾ ਕਰਦਾ ਰਹਿੰਦਾ ਆ, ਵਧੀਆ ਆ। ਰਾਜੂ ਨਾਲ ਆਪਾਂ ਖੇਡੇ ਇਕੱਠੇ ਹਾਂ, ਰਾਜੂ ਉੱਦਾਂ ਵੀ ਵਧੀਆ ਰੇਡਰ ਆ, ਅਮਰੀਕਾ ਐਤਕੀ ਪੂਰਾ ਵਧੀਆ ਖੇਡਿਆ ਆ ਸੀਜ਼ਨ।